ਜਿਹੜੀਆਂ ਜਥੇਬੰਦੀਆਂ ਇਸ ਗੱਲ ਦਾ ਹਿੱਸਾ ਨਹੀਂ ਵੀ ਜਿਨ੍ਹਾਂ ਨੇ ਐਲਾਨ ਕੀਤਾ, ਉਹ ਵੀ ਕਿਉਂਕਿ ਇਹ ਜਿਹੜਾ ਇੱਕ ਲੋਕਾਂ ਦਾ ਰੋਸ ਹੈ ਉਹ ਸ਼ੁਰੂ ਹੋ ਜਾਂਦਾ ਜਦੋਂ ਸਰਕਾਰਾਂ ਦੇ ਨਾਲ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਲੋਕ ਰੋਸ ਜਾਗਦਾ। ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ, ਵੀ ਕਿਸਾਨ ਆਗੂ ਵੱਖਰੇ ਵੱਖਰੇ ਹੋ ਸਕਦੇ ਨੇ, ਜਥੇਬੰਦੀਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ, ਪਰ ਕਿਸਾਨ ਤਾਂ ਇੱਕੋ ਨੇ, ਮੰਗਾਂ ਸਾਰੇ ਕਿਸਾਨਾਂ ਲਈ ਨੇ। ਇਹ ਨਹੀਂ ਹੈ ਕਿ ਜੇ ਇੱਕ ਪਿੰਡ ਦੇ ਕਿਸਾਨਾਂ 'ਤੇ ਇਹ ਚੀਜ਼ਾਂ ਲਾਗੂ ਹੁੰਦੀਆਂ ਦੂਜੇ 'ਤੇ ਨਹੀਂ ਹੁੰਦੀਆਂ, ਐਸਾ ਨਹੀਂ ਹੈ। ਸਾਰੇ ਕਿਸਾਨਾਂ ਦੇ ਮਸਲੇ ਸਾਂਝੇ ਹੁੰਦੇ ਨੇ, ਪਰ ਕਹਾਣੀ ਇਹ ਹੈ ਕਿ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਨੇ ਕਈ ਵਾਰ ਫੈਸਲੇ ਆਪਣੇ ਪੱਧਰ 'ਤੇ ਲੈਂਦੀਆਂ ਨੇ, ਉਹਨਾਂ ਦਾ ਆਪਣੇ ਇਸ ਨੂੰ ਲੈ ਕੇ ਰਣਨੀਤੀ ਰਹਿੰਦੀ ਆ। ਪਰ ਜਦੋਂ ਅਗਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ, ਸਾਫ਼ ਤੌਰ 'ਤੇ ਕਈ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਅਸੀਂ ਬੇਸ਼ੱਕ ਨਾਲ ਨਹੀਂ ਸੀ ਤੁਰੇ, ਪਰ ਅਗਰ ਐਸੀ ਸਥਿਤੀ ਪੈਦਾ ਹੁੰਦੀ ਹੈ, ਅਗਰ ਕਿਸਾਨਾਂ ਦੇ ਨਾਲ ਟਕਰਾਅ ਹੁੰਦਾ ਤਾਂ ਅਸੀਂ ਵੀ ਉੱਠ ਕੇ ਅੱਗੇ ਆਵਾਂਗੇ। ਤਾਂ ਆਗੂ ਬੇਸ਼ੱਕ ਨਾ ਆਉਣ, ਉਹਦੇ ਨਾਲ ਫਰਕ ਨਹੀਂ ਪੈਂਦਾ, ਪਰ ਜਿਹੜੇ ਆਮ ਲੋਕ ਨੇ ਉਹ ਆਪਣੇ ਜਿਹੜੇ ਭਰਾਵਾਂ 'ਤੇ ਜਦੋਂ ਇੱਥੇ ਉਹਨਾਂ ਦੇ ਭਰਾਵਾਂ ਦੇ ਨਾਲ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਜ਼ਰੂਰ ਆਉਂਦੇ ਨੇ। ਕਈ ਤਸਵੀਰ ਤੁਹਾਨੂੰ ਮੈਂ ਦਿਖਾ ਦਿਆਂ, ਇਹ ਸ਼ੰਭੂ ਬੈਰੀਅਰ ਦੀ ਇੱਕ ਵਾਰੀ ਤੁਹਾਨੂੰ ਪੂਰੀ ਤਸਵੀਰ ਦਿਖਾ ਦਈਏ ਕਿ ਪੰਜਾਬ ਵਾਲਾ ਪਾਸਾ ਤੁਹਾਨੂੰ ਨਜ਼ਰ ਆਉਣਗੇ ਕਿ ਕਿਸਾਨ ਹਲੇ ਪਿੱਛੇ ਨੇ, ਟਰੈਕਟਰ ਟਰਾਲੀਆਂ ਪਿੱਛੇ ਨੇ, ਕਰੀਬ 250-300 ਮੀਟਰ ਕਹਾਂਗੇ ਕਿ ਪਿੱਛੇ ਹੋਣਗੇ ਇਹ ਘੱਗਰ ਨਦੀ ਦੇ ਪੁਲ ਤੋਂ ਜਿੱਥੇ ਬੈਰੀਕੇਡਿੰਗ ਹੈ, ਜਿੱਥੇ ਮਜ਼ਬੂਤ ਜਿਹੜੇ ਕੰਕਰੀਟ ਦੇ ਪਹਾੜ ਲਾਏ ਗਏ ਆ। ਇਹ ਪਿੱਛੇ ਦੀ ਤਸਵੀਰ ਹੈ ਪੰਜਾਬ ਵਾਲੇ ਪਾਸੇ ਦੀ, ਬਿਲਕੁਲ ਸ਼ਾਂਤ ਮਾਹੌਲ ਨਜ਼ਰ ਆ ਰਿਹਾ ਇੱਧਰ। ਹੋਰ ਤੁਹਾਨੂੰ ਹੁਣ ਦੂਜੇ ਪਾਸੇ ਲੈ ਕੇ ਚੱਲਦਾ, ਜਿੱਧਰ ਜਿਹੜੇ ਪਾਸੇ ਬੈਰੀਕੇਡ ਆ ਪੁਲ ਵਾਲੇ ਪਾਸੇ ਮੇਰੇ ਸੱਜੇ ਪਾਸੇ, ਇੱਧਰ ਦੀ ਤਸਵੀਰ ਤੁਹਾਡੇ ਸਾਹਮਣੇ ਕਿ ਦੇਖੋ ਹਲੇ ਇੱਧਰ ਜਿਹੜੀ ਗਹਿਰ ਹੈ ਨਾ ਉਹ ਬੇਸ਼ੱਕ ਹਲਕੀ ਹਲਕੀ ਧੁੰਦ ਦੀ ਹੋਵੇ, ਪਰ ਬਾਹਲੀ ਗਹਿਰ ਹੈ ਜਿਹੜੀ ਉਹ ਅਥਰੂ ਗੈਸ ਦੇ ਧੂੰਏ ਦੀ ਹੈ। ਤਾਂ ਇਹ ਪੰਜਾਬ ਵਾਲਾ ਪਾਸਾ ਤੁਹਾਨੂੰ ਸਾਫ਼ ਨਜ਼ਰ ਆਇਆ, ਇੱਧਰਲੇ ਪਾਸੇ ਗਹਿਰ ਛਾਈ ਹੋਈ ਹੈ, ਕਿਉਂਕਿ ਇੱਕ ਗੋਲਾ ਜਦੋਂ ਚੱਲ ਕੇ ਹਟਦਾ ਤਾਂ ਨਾਲ ਹੀ ਦੂਜਾ ਤਿਆਰ ਹੁੰਦਾ, ਤਾਂ ਇਹ ਧੂੰਏ ਦੀ ਗਹਿਰ ਇਸ ਪਾਸੇ ਸਾਫ਼ ਦੇਖ ਰਹੀ ਹੈ। ਤਾਂ ਸਾਫ਼ ਦੇਖ ਰਿਹਾ ਕਿ ਇੱਧਰ ਦਾ ਮਾਹੌਲ ਆ ਜਿਹੜਾ ਉਹ ਹਲੇ ਗੰਧਲਿਆ ਹੋਇਆ, ਇੱਧਰਲਾ ਮਾਹੌਲ ਆ ਜਿਹੜਾ ਉਹ ਤਸਵੀਰ ਜਿਹੜੀ ਹੈ ਹਲੇ ਧੁੰਦਲੀ ਹੈ, ਗੰਧਲੀ ਹੈ। ਤਾਂ ਕਿਵੇਂ ਇਸ ਮਸਲੇ ਦੇ ਨਾਲ ਨਜਿੱਠਿਆ ਜਾਣਾ, ਅੱਗੇ ਕਿਵੇਂ ਰਣਨੀਤੀ ਰਹਿਣੀ ਹੈ, ਉਹਨੂੰ ਲੈ ਕੇ ਹਲੇ ਜਿਹੜੀ ਹੈ ਉਹ ਤਿਆਰੀ ਚੱਲ ਰਹੀ ਹੈ। ਮੀਟਿੰਗ ਹੈ ਜਿਹੜੀ ਉਹ ਕਿਸਾਨ ਆਗੂਆਂ ਨੇ ਕਰਨੀ ਹੈ। ਇੱਧਰ ਕਿਸਾਨ ਕੁਝ ਬੈਰੀਕੇਡ ਲੈ ਕੇ ਆ ਰਹੇ ਨੇ, ਇਹ ਇਹਦੀ ਕੀ ਰਣਨੀਤੀ ਰਹਿਣ ਵਾਲੀ ਹੈ, ਇਹ ਕਿੱਥੇ ਲਾਉਣਾ, ਇਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਇਹ ਕਿਸਾਨ ਵੀਰ ਜਿਹੜੇ ਨੇ ਉਹ ਅੱਗੇ ਆ ਰਹੇ ਨੇ, ਗੱਲ ਕਰ ਲੈਂਦੇ ਹਾਂ। ਬਾਈ ਜੀ ਤੁਹਾਡੇ ਨਾਲ ਵੀ ਧੱਕਾ ਕੀਤਾ ਸੀਗਾ ਇਹਨਾਂ ਨੇ, ਤੇ ਸਾਡੇ ਨਾਲ ਤਾਂ ਇਹ ਲਾ ਲੋ ਵੀ ਪਾਕਿਸਤਾਨ ਚਾਈਨਾ ਦਾ ਜਿਵੇਂ ਬਾਰਡਰ ਬਣਾ ਤਾ ਹੋਵੇ, ਪਰ ਸੋਚਣ ਵਾਲੀ ਗੱਲ ਆ ਹੈ ਕਿ ਜਿਹੜੇ ਬੈਰੀਕੇਟ ਨੇ ਉਹ ਵੀ ਪੰਜਾਬ ਦੀ ਧਰਤੀ ਤੇ ਲੱਗੇ ਨੇ, ਜਿਹੜੇ ਗੋਲਾਮਾਰੀ ਹੋ ਰਹੀ ਹੈ ਉਹ ਵੀ ਪੰਜਾਬ ਦੀ ਧਰਤੀ ਤੇ ਹੋ ਰਹੀ ਹੈ, ਜਿਹੜਾ ਉੱਪਰੋਂ ਡਰੋਨ ਆਉਂਦਾ ਉਹ ਵੀ ਪੰਜਾਬ ਦੀ ਧਰਤੀ ਤੇ ਆ ਰਿਹਾ, ਤੇ ਪੰਜਾਬ ਟੈਰੀਟਰੀ ਹਮਲਾ ਹੋ ਰਿਹਾ ਹੈ, ਤੇ ਪੰਜਾਬ ਗੌਰਮੈਂਟ ਕਿਉਂ ਨਹੀਂ ਕਹਿੰਦੀ ਸੈਂਟਰ ਨੂੰ ਵੀ ਸਾਡੀ ਧਰਤੀ ਤੇ ਤੁਸੀਂ, ਯਾਨੀ ਕਿ ਉਹਨਾਂ ਦੀ ਇਜਾਜ਼ਤ ਦੇ ਨਾਲ ਹੋ ਰਿਹਾ ਇਹ, ਉਹ ਸਪਸ਼ਟ ਕਰਨ ਇਹ ਗੱਲ ਨੂੰ। ਅੱਛਾ, ਇਹ ਜਿਹੜਾ ਬੈਰੀਕੇਡ ਤੁਸੀਂ ਇਹ ਲੈ ਕੇ ਆਪਣੀ ਜਿਹੜੀ ਸੰਗਤ ਆ, ਆਪਣੇ ਕੱਲ 70 ਦੇ ਕਰੀਬ ਮੁੰਡੇ ਘਾਇਲ ਹੋ ਗਏ ਨੇ ਇੱਥੇ, ਸੱਟਾਂ ਵੱਜੀਆਂ ਨੇ ਬਹੁਤ, ਕਿਸੇ ਦੀ ਅੱਖ ਤੇ ਕਿਸੇ ਦੇ ਬ੍ਰਸ਼ਟ ਵੱਜੇ ਨੇ, ਇਹਨਾਂ ਨੇ ਖੋਲ ਜਿਹੜੇ ਚਲਾਏ ਨੇ ਆਹ ਤੁਸੀਂ ਦੇਖ ਸਕਦੇ ਹੋ, ਇਹ ਅੱਗੋਂ ਨਿੱਬ ਕੱਢ ਗਏ, ਆਹ ਚਲਾਇਆ, ਆਹ ਪਲਾਸਟਿਕ ਰਬੜ ਬੁਲਟ ਚਲਾਈ, ਆਹ ਟੀਅਰ ਗੈਸ ਤੇ ਆਹ ਬ੍ਰਸ਼ਟ ਹੁੰਦਾ ਹੈ, ਇਹ ਇਹਨਾਂ ਨੇ ਚਲਾਏ ਹੋਏ ਨੇ ਸਾਰੇ, ਤੇ ਅਸਲੀ ਗੋਲੀ ਚੱਲੀ ਹੈ ਜੀ ਇਹ 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 ਪੱਕੀ ਨਹੀਂ ਇਹ ਇਹ ਇਹਦੇ 'ਚ ਕੀ ਕਰਦੇ ਨੇ, ਇਹਦੇ ਲਈ ਨਾ ਇਹਨਾਂ ਨੇ ਸਪੈਸ਼ਲ ਇੱਕ ਗੰਨ ਬਣਾਈ ਹੁੰਦੀ ਹੈ, ਇਹਦਾ ਮੁਰਲਾ ਜਿਹੜੀ ਨਿੱਬ ਆ ਉਹ ਕੱਢ ਕੇ ਦੇਖੋ ਇਹਨੂੰ ਪਿੰਚ ਕੀਤਾ ਹੋਇਆ, ਬਰੂਦ ਅੱਗੋਂ ਕੱਢ ਕੇ, ਹਾਂ ਬਰੂਦ ਅੱਗੋਂ ਕੱਢ ਕੇ ਕਿ ਨਿੱਬ ਕੱਢ ਕੇ ਉੱਪਰੋਂ ਇਹਨੂੰ ਫਿਰ ਸਪੈਸ਼ਲ ਤਰੀਕੇ ਦੇ ਨਾਲ, ਇਹ ਦੇਖੋ ਤੁਸੀਂ ਉਹ ਵੀ ਇਹਨਾਂ ਨੇ ਫਿੱਟ ਸਾਫ਼ ਕੀਤਾ ਹੋਇਆ ਵੀ ਇਹਦਾ ਮਾਰਕਾ, ਇਹ ਆਪ ਦੀ ਸੰਗਤ ਦੇ ਲਈ ਮਤਲਬ ਕਿ
ਅੱਛਾ ਉਹਦੇ ਤੋਂ ਨਾਲ ਦਾ ਮਾਰਕਾ ਲਾ ਦਿੱਤਾ ਤਾਂ ਕਿ ਪਤਾ ਨਾ ਲੱਗੇ ਕਿੱਥੋਂ ਗੋਲੀ ਚੱਲੀ ਹੈ। ਹਾਂ ਉਹ ਮਾਰਕਾ ਵੀ ਲਾ ਦਿੱਤਾ, ਇਹ ਆਪਣੀ ਸੰਗਤ ਲਈ ਅਸੀਂ ਦਿਖਾਵਾਂਗੇ ਵੀ ਕਿਵੇਂ ਕਿਸਾਨ ਜਾਬਤੇ 'ਚ ਜਾਣਾ ਚਾਹੁੰਦੇ ਨੇ। ਉਹ ਆਪਣੀ ਸੰਗਤ ਸਾਡੀ ਬੈਰੀਗੇਟਾਂ ਤੋਂ ਪਿੱਛੇ ਰਹੂਗੀ, ਇਹ ਇੱਕ ਟੈਕਨੀਕ ਹੈ, ਇੱਕ ਹਿਡਨ ਹੈ, ਤੁਹਾਨੂੰ ਫਿਰ ਦਿਖਾਵਾਂਗੇ ਸਾਰਾ ਕੁਝ ਕਿਵੇਂ ਹੋਊਗਾ। ਅੱਛਾ ਇੱਕ ਚੀਜ਼ ਹੋਰ ਕਿ ਇਹ ਤੁਸੀਂ ਬੇਸ਼ੱਕ ਜਿਹੜਾ ਕਾਰਤੂਸ ਦਿਖਾਇਆ ਇਹਨਾਂ ਨੇ, ਹੁਣੇ ਜਿਹੜਾ ਕਾਰਤੂਸ ਇਹ ਅਸਲੀ ਕਾਰਤੂਸ ਹੈ ਪੱਕੀ ਦਾ, ਤਾਂ ਇਹ ਜਦੋਂ ਚੱਲਦਾ ਇਹਨਾਂ ਨੇ ਕਿਹਾ ਕਿ ਵਿੱਚੋਂ ਬੇਸ਼ੱਕ ਬਰੂਦ ਕੱਢਤਾ, ਪਰ ਇੱਕ ਗੱਲ ਧਿਆਨ ਰੱਖਿਓ ਮੈਂ ਇਹ ਤੋਂ ਨਿੱਕੀ ਜਿਹੀ ਰੋੜੀ ਆ, ਨਿੱਕੀ ਜਿਹੀ ਆ ਵੱਟੀ ਆ ਜਿਹੜੀ, ਇਹ ਮੈਂ ਐਂ ਕਰਕੇ ਮਾਰ ਦੇਣਾ ਕਿਸੇ ਦੇ ਤੇ ਮੱਥਾ ਪਾਟ ਜੇਗਾ, ਹਾਲਾਂਕਿ ਵੱਟੀ ਆ ਕਾਰਤੂਸ ਨਹੀਂ ਹੈ, ਤਾਂ ਉਹ ਵੀ ਇਸੇ ਤਰ੍ਹਾਂ ਹੀ ਹੈ ਜੀ। ਅਗਰ ਵਿੱਚ ਬਾਰੂਦ ਨਹੀਂ ਹੈ ਤਾਂ ਹਾਂ ਜਾਨ ਬੇਸ਼ੱਕ ਨਾ ਜਾਵੇ, ਪਰ ਜੋ ਵੀ ਥਾਂ ਥਾਂ ਲੱਗ ਗਿਆ ਤਾਂ ਜਾਨ ਤਾਂ ਉਹਦੇ ਨਾਲ ਵੀ ਜਾ ਸਕਦੀ ਹੈ। ਅਗਰ ਪਿੱਤਲ ਦਾ ਕਾਰਤੂਸ ਆ ਕੇ ਹਿੱਟ ਹੁੰਦਾ ਉਹਨੇ ਮਾਰ ਤੋਂ ਨਹੀਂ ਕਰਨੀ, ਉਹਦੇ ਤੋਂ ਬਿਨਾਂ ਜਿਹੜੇ ਇਹ ਟੀਅਰ ਗੈਸ ਨੇ ਜਾਂ ਸਮੋਕ ਬੰਬ ਸੁੱਟ ਰਹੇ ਨੇ ਇਹ ਸਪੈਸ਼ਲ ਲਿਆਏ ਨੇ। ਇੱਕ ਤਾਂ ਇੱਕ ਇਹ ਐਕਸਪਾਇਰੀ ਨੇ ਸਾਰੇ ਹੀ, ਇਹਨਾਂ ਦੇ ਦੇਖੋ ਐਕਸਪਾਇਰੀ ਡੇਟ ਨਹੀਂ ਹੈਗੀ, ਮਟਾਈ ਹੋਈ ਹੈ। ਦੂਜੀ ਗੱਲ ਇਹਨਾਂ ਦੇ ਵਿੱਚ ਨਾ ਕੁਛ ਦੇ ਵਿੱਚ ਨਾ ਮਤਲਬ ਕਿ ਜਿਵੇਂ ਕੰਚ ਦੀਆਂ ਗੋਲੀਆਂ ਜਾਂ ਛੋਟੇ 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 ਟੁਕੜੇ ਲੋਹੇ ਦੇ ਮਤਲਬ ਕਿ ਚੂਰਾ ਕਰਕੇ, ਇਹ ਹੁੰਦਾ ਜਦੋਂ ਦੰਗੇ ਭੜਕੇ ਹੁੰਦੇ ਨੇ ਉਹਨਾਂ ਦੇ ਲਈ, ਤੇ ਉਹਨਾਂ ਨੇ ਉਹ ਐਵੇਂ ਬਿਹੇਵ ਕਰ ਰਹੇ ਨੇ ਜਿਵੇਂ ਬਾਰਡਰਾਂ ਤੇ ਸਾਡੇ ਪੁੱਤ ਹੈ ਹੀ ਨੇ, ਇਹ ਚੱਲਿਆ ਨੀ ਫਟਿਆ ਨੀ ਹਨਾ, ਇਹ ਫਟੇ ਨੀ ਹੈਗੇ, ਇਹ ਇਹ ਕੀ ਹੈ ਜਿਵੇਂ ਮੁੰਡੇ ਸਾਡੇ ਬੋਰੀ ਦੇ ਨਾਲ ਗਿਰ ਲੈਂਦੇ, ਇਹਨੂੰ ਹਿੱਟ ਕਰਨਾ ਪੈਂਦਾ ਧਰਤੀ ਤੋਂ, ਇਹ ਨਾ ਹਿੱਟ ਹੋਊਗਾ ਜਦੋਂ ਜਿਵੇਂ ਇਹ ਸਾਈਡ ਤੋਂ ਹਿੱਟ ਹੋ ਗਿਆ, ਇਹ ਨਹੀਂ ਚੱਲੂਗਾ ਕਿਉਂਕਿ ਇੱਕ ਤਾਂ ਇਹ ਐਕਸਪਾਇਰੀ ਸੀਗਾ, ਜੇ ਐਂ ਹਿੱਟ ਕਰਦਾ ਫਿਰ ਇਹਨੇ ਚੱਲਣਾ ਸੀਗਾ, ਠੀਕ ਹੈ ਗੱਲ, ਇਹਨੇ ਹਵਾ 'ਚ ਫਟਣਾ ਸੀਗਾ, ਇਹ ਇਹ ਐਕਸਪਾਇਰੀ ਸੀਗੇ ਜਿਹੜੇ ਡਰੋਨ ਨਾਲ ਸੁੱਟਦੇ, ਜਿਹੜੇ ਇਹ ਹਵਾ ਵਾਲੇ, ਹਾਂ ਇਹ ਡਰੋਨ ਨਾਲ ਸੁੱਟਦੇ ਨੇ। ਉਹ ਅਸਲ 'ਚ ਕੀ ਹੈ ਵੀ ਇਹ ਚੀਜ਼ਾਂ ਵਰਤਦੇ ਨਹੀਂ, ਸਾਰੇ ਦੇਸ਼ ਦਾ ਤਾਂ ਇਹ ਮਤਲਬ ਕਿ ਆਸੂ ਗੈਸ ਦਾ ਸਾਰਾ ਕੁਝ ਚਲਾ ਰਿਹਾ। ਹੁਣ ਵੀ ਤੁਸੀਂ ਦੇਖੋ ਸਵੇਰ ਦੇ 8 ਵਜੇ ਨੇ ਅਤੇ ਪਹਿਲਾਂ ਇਹਨਾਂ ਨੇ ਬੰਬਾਰੀ ਕਰਤੀ ਅਤੇ ਸਾਰੀ ਰਾਤ ਚੱਲੀ, ਸਾਰਾ ਦਿਨ ਚੱਲੀ, ਅਤੇ ਉਹ ਜਿਹੜੇ ਮਤਲਬ ਕਿ ਹਿਊਮਨਸ ਰਾਈਟ ਐਕਟੀਵਿਸਟ ਨੇ ਜਿਹੜੇ ਕਹਿ ਕਰਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਨੇ, ਉਹ ਅੱਜ ਕਿੱਥੇ ਨੇ ਪੂਰੇ ਵਰਲਡ ਦੇ? ਉਹ ਕਿਉਂ ਨਹੀਂ ਗਲਤ ਕਰਦੇ? ਫੰਡਾਮੈਂਟਲ ਡੈਮੋਕ੍ਰੇਟੀ ਹੈ ਸਾਡੇ ਦੇਸ਼ ਦੇ ਵਿੱਚ, ਲੋਕਤੰਤਰ ਦੇਸ਼ ਦੇ ਵਿੱਚ ਰਹਿੰਦੇ ਹਾਂ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 80% ਕੁਰਬਾਨੀਆਂ ਇਸ ਪੰਜਾਬ ਦੀ ਧਰਤੀ ਨੇ ਦਿੱਤੀ। ਅੱਛਾ ਹੁਣ ਅੱਗੇ ਰਣਨੀਤੀ ਕੀ ਰਹੇਗੀ ਜੀ? ਅੱਜ ਰਣਨੀਤੀ ਰਹੂਗੀ, ਯੁੱਧ ਜਾਰੀ ਆ, ਉਹ ਉਧਰੋਂ ਆਪਦਾ ਫਰਜ਼ ਨਿਭਾਰੇ, ਅਸੀਂ ਆਪਦਾ ਫਰਜ਼ ਨਿਭਾਵਾਂਗੇ। ਯੁੱਧ ਜਾਰੀ ਹੈ ਕਹਿੰਦੇ, ਤਾਂ ਇੱਕ ਤਰ੍ਹਾਂ ਦਾ ਘਰੇਲੂ ਯੁੱਧ ਵਾਲੇ ਹਾਲਾਤ ਕਹਾਂਗੇ ਕਿ ਉਧਰ ਵੀ ਆਪਦੇ ਇੱਧਰ ਵੀ ਆਪਦੇ, ਪਰ ਕਹਿੰਦੇ ਨੇ ਕਿ ਕਿਉਂ ਐਸੀ ਸਥਿਤੀ ਪੈਦਾ ਹੋਈ ਹੈ? ਸਾਫ਼ ਤੌਰ 'ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਬਚਾਅ ਕਰਨਾ ਤੇ ਦਿੱਲੀ ਜਾਣਾ, ਸਾਡੀ ਸਿਰਫ ਇੰਨੀ ਕੀ ਹੈ। ਹਾਂ ਸਾਹਮਣੇ ਵਾਲੇ ਕਿਸ ਤਰ੍ਹਾਂ ਦਾ ਰਵੱਈਆ ਅਪਣਾ ਰਹੇ ਆ ਉਹ ਵੀ ਤਸਵੀਰ ਦਿਖਾਈ, ਔਰ ਵੱਡੀ ਖਤਰਨਾਕ ਗੱਲ ਜਿਸ ਤਰ੍ਹਾਂ ਇਹਨਾਂ ਨੇ ਹੁਣੇ ਕਾਰ ਔਰ ਅਸਲੀ ਕਾਰਤੂਸ ਜਿਹੜਾ ਪੱਕੀ ਰਾਈਫਲ ਦਾ ਦਿਖਾਇਆ ਉਹ ਬੜੀ ਖਤਰਨਾਕ ਚੀਜ਼ ਹੈ, ਔਰ ਉਹਦੇ ਉੱਪਰੋਂ ਮਾਰਕਾ ਤੱਕ ਮਿਟਾਇਆ ਗਿਆ, ਕੀ ਸੋਚੀ ਸਮਝੀ? ਇਹ ਕਿਤੇ ਨਾ ਕਿਤੇ ਬੇਹੱਦ ਬੜਾ ਚਿੰਤਾਜਨਕ ਹੈ ਕਿ ਕੀ ਇਸ ਤਰ੍ਹਾਂ ਦਾ ਵੀ ਸਰਕਾਰਾਂ ਕਰ ਸਕਦੀਆਂ, ਇਸ ਤਰ੍ਹਾਂ ਵੀ ਪੁਲਿਸ ਕਰ ਸਕਦੀ ਹੈ? ਮਾਰਕਾ ਮਿਟਾ ਦਿੱਤਾ ਗਿਆ ਕਿ ਕੱਲ੍ਹ ਨੂੰ ਅਗਰ ਇਨਕੁਆਇਰੀਆਂ ਹੁੰਦੀਆਂ ਤਾਂ ਉਹਦੇ ਵਿੱਚ ਸਾਬਤ ਨਾ ਹੋਵੇ ਕਿ ਇਹ ਕਾਰਤੂਸ ਚੱਲਿਆ ਕਿੱਥੋਂ ਆ, ਔਰ ਓਰੀਜਨਲ ਕਾਰਤੂਸ ਹੈ ਜੀ ਉਹ, ਆਹ ਬੁਲੇਟ ਜਿਹੜੀਆਂ ਨੇ ਇਹ ਪਲਾਸਟਿਕ ਬੁਲੇਟ ਨੇ, ਰਬੜ ਬੁਲੇਟ ਨੇ, ਇਹ ਬੇਸ਼ੱਕ ਬੰਦਾ ਇਹਦੇ ਨਾਲ ਜਾਨ ਨਾ ਜਾਵੇ ਪਰ ਸੱਟ ਇਹ ਵੀ ਬੁਰੀ ਤਰ੍ਹਾਂ ਮਾਰਦੀ ਹੈ, ਬੁਰੀ ਤਰ੍ਹਾਂ ਬੰਦੇ ਨੂੰ ਜ਼ਖਮੀ ਕਰਦੀ ਆ, ਅਗਰ ਸਿਰ ਸੁਰ 'ਚ ਲੱਗ ਜੇ ਤਾਂ ਬੰਦੇ ਦੀ ਜਾਨ ਵੀ ਜਾ ਸਕਦੀ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਕਿ ਮੈਂ ਆਹ ਵੱਟੀ ਹੈ ਜਿਹੜੀ ਆਪਾਂ ਵੱਟੀ ਅਕਸਰ ਕਿਸੇ ਦੇ ਮਾਰ ਦਿੰਦੇ ਹਾਂ ਤਾਂ ਵੱਟੀ ਨਾਲ ਹੀ ਜਿਹੜਾ ਹੈਗਾ ਤੁਹਾਡੇ ਸੱਟ ਲੱਗ ਜਾਂਦੀ ਹੈ, ਇਹ ਤਾਂ ਫਿਰ ਬੁਲੇਟ ਔਰ ਰਾਈਫਲ ਦੇ ਨਾਲ ਜਦੋਂ ਚੱਲਦੀ ਆ ਤਾਂ ਬੇਹੱਦ ਖਤਰਨਾਕ ਹੋ ਜਾਂਦੀ ਆ। ਤਾਂ ਗੱਲਬਾਤ ਦੇ ਰਾਹੀਂ ਅਗਰ ਮਸਲੇ ਦਾ ਹੱਲ ਹੁੰਦਾ ਤਾਂ ਸ਼ਾਇਦ ਉਹੀ ਸਭ ਦੇ ਲਈ ਸਿਖਾਵਾਂ। ਇਹ ਤਸਵੀਰ ਹੈ ਜਿਹੜੀ ਉਹ ਬੇਹੱਦ ਭਿਆਨਕ ਹੈ, ਬੇਹੱਦ ਦਰਦਨਾਕ ਹੈ, ਆਪਸੀ ਟਕਰਾਅ ਬੇਹੱਦ ਗਲਤ ਸੁਨੇਹਾ ਦੇ ਰਿਹਾ। ਆਖਿਰ ਕਿਉਂ ਆਪਣੇ ਆਪਣਿਆਂ 'ਤੇ ਇਸ ਤਰ੍ਹਾਂ ਗੋਲੀ ਚਲਾ ਰਹੇ ਨੇ? ਕਿੰਨੇ ਲੋਕ ਜ਼ਖਮੀ ਹੋਏ ਨੇ? ਕਿਉਂ ਇਹ ਜਿਹੜੇ ਰਬੜ ਦੀਆਂ ਗੋਲੀਆਂ, ਕਿਉਂ ਅਸਲੀ ਗੋਲੀਆਂ ਬੇਸ਼ੱਕ ਬਰੂਦ ਕੱਢ ਕੇ ਸਿੱਟੀਆਂ, ਬੇਸ਼ੱਕ ਬਰੂਦ ਕੱਢ ਕੇ ਚਲਾਈਆਂ, ਆਖਿਰ ਕਿਉਂ ਅਥਰੂ ਗੈਸ ਦਿਨ ਚੜਿਆ ਨਹੀਂ?
ਸੂਰਜ ਹਲੇ ਉੱਪਰ ਉੱਠਣਾ ਸ਼ੁਰੂ ਹੋਇਆ ਤੇ ਅਥਰੂ ਗੈਸ ਆ ਜਿਹੜੀ ਉਹ ਸੂਰਜ ਦੇ ਰੋਸ਼ਨੀ ਦੇ ਸੂਰਜ ਦੀਆਂ ਕਿਰਨਾਂ ਦੇ ਵਿੱਚੋਂ ਹੁੰਦੀ ਹੋਈ ਅਸਮਾਨ ਨੂੰ ਛੂ ਰਹੀ ਹੈ, ਅੱਖਾਂ ਨੂੰ ਲਾਲ ਕਰ ਰਹੀ ਹੈ।